देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन, और मेरे नाल ने सरदार हरविंदर सिंह फूलका, जिहड़े कि सिख हलकियां दे विच इक वड्डा नां ने। फूलका साहब जी आया, ਮੇਰੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਫੂਲਕਾ ਸਾਹਿਬ। ਤੁਸੀਂ ਅੱਜ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਅਹਿਮ ਕੇਸ ਦੀ ਸੁਣਵਾਈ ਲਈ ਪੇਸ਼ ਹੁੰਦੇ ਹੋ, ਤੇ ਉਸ ਤੋਂ ਬਾਅਦ ਤੁਸੀਂ ਸੰਗਤ ਨਾਲ ਜਾਣਕਾਰੀ ਸਾਂਝੀ ਕਰਦੇ ਹੋ ਕਿ ਅਕਾਲੀ ਦਲ ਬਾਦਲ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲੜਨ ਲਈ ਕਾਬਲ ਨਹੀਂ, ਜਾਂ ਉਹ ਲੀਗਲੀ ਸਮਰੱਥ ਨਹੀਂ। ਇਹਦੇ ਬਾਰੇ ਜ਼ਰਾ ਹੋਰ ਡਿਟੇਲ ਦਿਓ। ਇੱਕ ਹਾਈ ਕੋਰਟ ਦੇ ਵਿੱਚ ਰਿਟ ਚੱਲ ਰਹੀ ਆ। ਆਮ ਅਕਾਲੀ ਦਲ ਦੇ ਨਾਮ ਦੀ ਇੱਕ ਪਾਰਟੀ ਆ, ਗੁਰਵਿੰਦਰ ਸਿੰਘ ਸੈਣੀ ਉਹਦੇ ਪ੍ਰਧਾਨ ਨੇ, ਉਹਨਾਂ ਨੇ ਕੇਸ ਪਾਇਆ ਅਤੇ ਉਹ ਕੇਸ ਸੁਣਵਾਈ ਵਾਸਤੇ ਅੱਜ ਲੱਗਿਆ ਸੀ। ਐਕਚੁਲੀ ਉਹ ਕੇਸ ਅੱਗੇ ਜਾ ਰਿਹਾ ਸੀ, ਉਹਦੀ ਸੁਣਵਾਈ ਹੋਣੀ ਸੀ ਰਹੀ। ਜਦੋਂ ਇਹ ਸੈਣੀ ਸਾਹਿਬ ਨੇ ਮੈਨੂੰ ਆ ਕੇ ਕੰਟੈਕਟ ਕੀਤਾ ਅਤੇ ਅੱਜ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ, ਫਾਈਲ ਕਰਕੇ ਅਤੇ ਅੱਜ ਉਹ ਕੇਸ ਫਿਰ ਸੁਣਵਾਈ ਵਾਸਤੇ ਕੋਰਟ ਨੂੰ ਕਹਿ ਕੇ 14 ਦਸੰਬਰ ਨੂੰ ਉਹਦੀ ਸੁਣਵਾਈ ਲਗਾਤੀ। ਕਿਉਂਕਿ ਇਹ ਜਿਹੜਾ ਕੇਸ ਹੈ ਬਹੁਤ ਹੀ ਇੰਪੋਰਟੈਂਟ ਆ। ਇਹਦੇ ਵਿੱਚ ਹੈ ਕਿ ਕਿਹੜੀ ਪਾਰਟੀ ਇਲੈਕਸ਼ਨ ਲੜ ਸਕਦੀ ਹੈ, ਜੇਕਰ ਮੇਨਲੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਆ, ਵੀ ਇਹਨਾਂ ਨੂੰ ਇੱਕ ਸੈਂਬਲ ਅਲੋਟ ਹੋਇਆ, ਇਹਨਾਂ ਨੂੰ ਦਿੱਲੀ ਗੁਰਦੁਆਰਾ ਐਕਟ ਦੇ ਅੰਡਰ ਰੈਕਗਨਾਈਜ਼ਡ ਪਾਰਟੀ ਦਾ ਅਹੁਦਾ ਵੀ ਮਿਲਿਆ ਅਤੇ ਨੋਟੀਫਿਕੇਸ਼ਨ ਇਸ਼ੂ ਹੋਈ ਆ। ਉਸ ਨੋਟੀਫਿਕੇਸ਼ਨ ਨੂੰ ਚੈਲੰਜ ਕੀਤਾ। 2010 ਦੇ ਵਿੱਚ ਰੂਲ ਅਮੈਂਡ ਹੋਇਆ ਸੀ ਅਤੇ 2010 ਦੇ ਵਿੱਚ ਇਹ ਹੋਇਆ ਸੀ ਕਿ ਪਾਰਟੀ ਰੈਕਗਨਾਈਜ਼ ਹੋ ਸਕਦੀ ਆ, ਪਰ ਉਹ ਰਿਲੀਜੀਅਸ ਪਾਰਟੀ ਹੋਵੇ ਅਤੇ ਨਾਲੇ ਉਹ ਇੱਕ ਰਜਿਸਟਰਡ ਸੁਸਾਇਟੀ ਹੋਵੇ, ਤਾਂ ਉਹਨੂੰ ਇੱਕ ਸਿੰਬਲ ਮਿਲ ਸਕਦਾ ਅਤੇ ਉਹ ਆਪਣੇ ਕੈਂਡੀਡੇਟ ਖੜ੍ਹੇ ਕਰ ਸਕਦੇ ਆ। ਉਹ 2010 ਤੋਂ ਮਗਰੋਂ 2017 ਦੇ ਵਿੱਚ ਇਹ ਨੋਟੀਫਿਕੇਸ਼ਨ ਇਸ਼ੂ ਹੋਈ, ਜਿਹਦੇ 'ਚ ਅਕਾਲੀ ਦਲ ਨੂੰ ਸਿੰਬਲ ਇਸ਼ੂ ਕੀਤਾ ਬਾਲਟੀ ਦਾ। ਅਤੇ ਇਹ ਪਹਿਲਾਂ ਜਿਹੜਾ ਪੁਰਾਣਾ ਐਕਟ ਸੀ ਉਹਦੇ ਵਿੱਚ ਸਿਰਫ ਕੈਂਡੀਡੇਟ ਤੋਂ ਸਿੰਬਲ ਇਸ਼ੂ ਹੁੰਦਾ ਸੀ, ਪਰ ਉਹ ਵੀ ਗਲਤੀ ਨਾਲ ਇਹ ਦਿੱਲੀ ਸਰਕਾਰ ਨੇ 1999 ਵਿੱਚ ਇਹਨੂੰ ਅਕਾਲੀ ਦਲ ਨੂੰ ਬਾਲਟੀ ਦਾ ਸਿੰਬਲ ਦਿੱਤਾ ਸੀ ਜੀ। ਅਤੇ ਉਹ ਜੋ ਜਸਜੀਤ ਸਿੰਘ ਯੂਕੇ ਵਾਲੇ ਨੇ, ਜਿਹਨਾਂ ਨੇ ਪਾਰਟੀ ਵੀ ਬਣਾਈ ਸੀ, ਜਸਜੀਤ ਸਿੰਘ ਯੂਕੇ 'ਤੇ ਇਲੈਕਸ਼ਨ ਵੀ ਲੜੇ ਸੀ, ਉਹਨਾਂ ਨੇ ਆ ਕੇ ਕੋਰਟ ਵਿੱਚ ਇਹ ਰਿਟ ਪਾਈ ਸੀ ਅਤੇ ਉਹਨਾਂ ਨੇ ਇਹ ਕਿਹਾ ਸੀ ਕਿ ਗਲਤ ਕੀਤਾ। 2013 ਦੇ ਵਿੱਚ ਇਹ ਹਾਈ ਕੋਰਟ ਦਾ ਡਿਵੀਜ਼ਨ ਬੈਂਚ ਦਾ ਫੈਸਲਾ ਕਿ ਜੋ ਪੁਰਾਣੇ ਰੂਲ ਸੀ 2010 ਤੋਂ ਪਹਿਲੇ, ਉਹਨਾਂ ਵਿੱਚ ਤਾਂ ਸਿਰਫ ਇੰਡੀਵਿਜੁਅਲ ਕੈਂਡੀਡੇਟਸ ਨੂੰ ਹੀ ਸਿੰਬਲ ਮਿਲ ਸਕਦਾ ਸੀ, ਕਿਸੇ ਪਾਰਟੀ ਨੂੰ ਮਿਲ ਹੀ ਨਹੀਂ ਸਕਦਾ। ਅਤੇ ਉਹ ਜਿਹੜਾ 1999 ਦਾ ਅਤੇ 2006 ਦੇ ਜਿਹੜੇ ਫੈਸਲੇ ਆ, ਇਹਨੂੰ ਅਕਾਲੀ ਦਲ ਨੂੰ ਸਿੰਬਲ ਦਿੰਦੇ ਹੋਏ ਗਲਤ ਆ। ਪਰ ਉਹਨਾਂ ਨੇ ਕੋਰਟ ਨੇ ਕਿਹਾ ਕਿਉਂਕਿ ਤੁਸੀਂ ਇਹ ਨੋਟੀਫਿਕੇਸ਼ਨ ਆਪਣੀ ਰਿਟ ਵਿੱਚ ਚੈਲੰਜ ਨਹੀਂ ਕੀਤੀ, ਤਾਂ ਕਰਕੇ ਅਸੀਂ ਨੋਟੀਫਿਕੇਸ਼ਨ ਨੂੰ ਕੁਐਸ਼ ਨਹੀਂ ਕਰਦੇ। ਕੋਈ ਟੈਕਨੀਕਲ ਜਿਹਾ ਪੁਆਇੰਟ ਛੱਡ ਦਿੱਤਾ, ਵੀ ਜਦੋਂ ਇਹ ਨੋਟੀਫਿਕੇਸ਼ਨ ਨੂੰ ਕੁਐਸ਼ ਕਰੋਗੇ ਉਦੋਂ ਚੈਲੰਜ ਕਰੋਗੇ ਤਾਂ ਉਦੋਂ ਅਸੀਂ ਇਹਨੂੰ ਕੁਐਸ਼ ਕਰਾਂਗੇ, ਉਦੋਂ ਰੱਦ ਕਰਾਂਗੇ। ਬਲਕਿ ਨੋਟੀਫਿਕੇਸ਼ਨ ਨੂੰ ਰੱਦ ਨਹੀਂ ਕੀਤਾ, ਪਰ ਇਹ ਕਹਿਤਾ ਕਿ ਇਹ ਨੋਟੀਫਿਕੇਸ਼ਨ ਗੈਰ ਕਾਨੂੰਨੀ ਆ ਜੀ। ਉਸ ਤੋਂ ਮਗਰੋਂ 2010 ਦੇ ਜੋ ਜਿਹੜੇ ਰੂਲ ਆਏ ਉਹਦੇ ਵਿੱਚ ਪੋਲੀਟੀਕਲ ਜਿਹੜੇ ਧਾਰਮਿਕ ਪਾਰਟੀ ਨੂੰ ਰੈਕਗਨਾਈਜ਼ ਹੋ ਸਕਦੀ ਸੀ, ਧਾਰਮਿਕ ਪਾਰਟੀ ਨੂੰ ਸਿੰਬਲ ਮਿਲ ਸਕਦਾ ਸੀ, ਪਰ ਇਹਨਾਂ ਨੇ ਦਿੱਲੀ ਸਰਕਾਰ ਦੇ ਜੋ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ, ਪਹਿਲਾਂ ਤੁਹਾਨੂੰ ਦੱਸਦਿਆਂ, ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਇੱਕ ਇੰਡੀਪੈਂਡੈਂਟ ਬੋਡੀ ਦੀ ਹੈ ਜੀ। ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਦਿੱਲੀ ਸਰਕਾਰ ਦਾ ਇੱਕ ਇੰਪਲਾਈ ਆ ਜੀ। ਇਹਨਾਂ ਨੇ ਨੋਟੀਫਿਕੇਸ਼ਨ ਇਸ਼ੂ ਕੀਤੀ 2017 ਵਿੱਚ, ਅਤੇ 2017 ਦੇ ਵਿੱਚ ਉਹ 1999 ਦੀ ਨੋਟੀਫਿਕੇਸ਼ਨ ਦੇ ਬੇਸ ਦੇ ਉੱਤੇ ਅਕਾਲੀ ਦਲ ਨੂੰ ਫਿਰ ਉਹੀ ਸੰਬਲ ਅਲੋਟ ਕਰਤਾ। ਅੱਛਾ, ਇਹ ਕਹਿ ਕੇ ਕਿ 1999 ਚ ਇਹਨਾਂ ਲੋਟ ਉਹੀ ਕੰਟੀਨਿਊ ਰਹੂਗਾ, ਜਦੋਂ ਕਿ ਗਲਤ ਆ। ਡਿਵੀਜ਼ਨ ਬੈਂਚ ਨੇ ਵੀ ਕਿਹਾ ਸੀ ਕਿ ਉਹ ਤੱਕ 1999 ਤੁਸੀਂ ਕਰ ਹੀ ਨਹੀਂ ਸਕਦੇ, ਤੁਸੀਂ ਗਲਤ ਕੀਤਾ, ਅਤੇ ਇਹਨਾਂ ਨੇ ਉਹੀ ਸਿੰਬਲ ਕੰਟੀਨਿਊ ਕੀਤਾ। ਉਹ ਕੋਰਟ ਵਿੱਚ ਹੋਇਆ ਚੈਲੇਂਜ ਅਤੇ ਉਹ ਮੁੱਦਾ ਪੈਂਡਿੰਗ ਪਿਆ। ਹੁਣ ਉਹ 14 ਦਸੰਬਰ ਨੂੰ, ਕਿਉਂਕਿ ਜਦੋਂ ਮੈਂ ਜੱਜ ਸਾਹਿਬ ਨੂੰ ਇਹ ਰਿਕੁਐਸਟ ਕੀਤੀ ਕਿ ਇਲੈਕਸ਼ਨ ਹੁਣ ਆ ਕੇ ਅਤੇ ਇਸ ਕਰਕੇ ਇਹਨੂੰ ਇਹਦੀ ਸੁਣਵਾਈ ਜਲਦੀ ਕਰੋ, 14 ਦਸੰਬਰ ਨੂੰ ਉਹਨਾਂ ਜੱਜ ਸਾਹਿਬ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਕੇਸ ਸੁਣਵਾਈ ਦੇ ਉੱਤੇ ਲਾਤਾ। ਹੁਣ ਇਹ ਕੇਸ ਬੜਾ ਸਿੱਧਾ ਸਿੰਪਲ ਆ ਕਿ ਜੇ ਤਾਂ 2010 ਦੇ ਰੂਲ ਲੱਗਦੇ ਆ ਤਾਂ ਉੱਥੇ ਧਾਰਮਿਕ ਪਾਰਟੀ ਹੋਣੀ ਚਾਹੀਦੀ ਆ, ਰਜਿਸਟਰਡ ਸੁਸਾਇਟੀ ਹੋਣੀ ਚਾਹੀਦੀ ਆ, ਨਾ ਇਹ ਧਾਰਮਿਕ ਪਾਰਟੀ ਆ ਨਾ ਰਜਿਸਟਰਡ ਸੁਸਾਇਟੀ। ਇੱਥੇ ਜਿਹੜੀਆਂ ਟਿਕਟਾਂ ਦਿੱਤੀਆਂ ਜਾਂਦੀਆਂ ਉਹਦੇ ਜਿਹੜਾ ਫਾਰਮ ਏ ਅਤੇ ਬੀ ਦਿੱਤਾ ਜਾਂਦਾ ਉਹ ਸੁਖਬੀਰ ਸਿੰਘ ਬਾਦਲ ਸਾਈਨ ਕਰਦਾ, ਉਹਦੇ ਅੱਗੇ ਫਿਰ ਦਿੱਲੀ ਦਾ ਪ੍ਰਧਾਨ ਸਾਈਨ ਕਰਦਾ, ਮੇਨ ਸੁਖਬੀਰ ਸਿੰਘ ਬਾਦਲ ਦਾ ਹੀ ਆ।
ਟਿਕਟਾਂ ਉਹੀ ਦਿੰਦਾ ਸੁਖਬੀਰ ਸਿੰਘ ਬਾਦਲ ਦਿੰਦਾ ਜਿਹੜਾ ਕਿ ਇੱਕ ਸਿਆਸੀ ਪਾਰਟੀ ਦਾ ਪ੍ਰਧਾਨ ਆ ਮਤਲਬ ਕਿ ਉਹ ਵਾਲਾ ਉਹ ਜਿਹੜਾ ਇਹ ਕੇਸ ਬੜਾ ਸਟਰੋਂਗ ਆ ਤੋ ਇਸ ਕਰਕੇ ਸਾਨੂੰ ਇਹ ਪੂਰੀ ਉਮੀਦ ਆ ਕਿ ਜਦੋਂ 14 ਦਸੰਬਰ ਨੂੰ ਸੁਣਵਾਈ ਦੇ ਉੱਤੇ ਆਏਗਾ ਤਾਂ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇੱਥੇ ਰੈਕਗਨੇਸ਼ਨ ਮਿਲੀ ਹੈ ਐਜ ਏ ਪਾਰਟੀ ਗੁਰਦੁਆਰਾ ਇਲੈਕਸ਼ਨ ਵਾਸਤੇ ਨਾਲ ਦੀ ਨਾਲ ਸਿੰਬਲ ਲੌਟ ਹੋਇਆ ਵੀ ਇਹ ਜਿਹੜੀ ਨੋਟੀਫਿਕੇਸ਼ਨ ਆ ਇਹਨੂੰ ਅਸੀਂ ਰੱਦ ਕਰਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਅਤੇ ਇਹ ਮੈਂ ਤੁਹਾਨੂੰ ਦੱਸਾਂ ਕਿ ਇਹ ਇੱਕ ਬੜਾ ਵੱਡਾ ਸਟੈਪ ਹੋਏਗਾ ਬੜੀ ਦੇਰ ਤੋਂ ਬਲਕਿ ਕੋਸ਼ਿਸ਼ ਕਰ ਰਹੇ ਹਾਂ ਸਾਰੀ ਸੰਗਤ ਹੀ ਕਰ ਰਹੀ ਹੈ ਮੈਂ ਵੀ ਆਪਣੇ ਨਾਲ ਥੋੜ੍ਹਾ ਮੋਟਾ ਜੋ ਹਿੱਸਾ ਪਾ ਰਿਹਾ ਕਿ ਗੁਰਦੁਆਰਿਆਂ ਨੂੰ ਅਸਾਂ ਸਿਆਸੀ ਲੋਕਾਂ ਤੋਂ ਅਤੇ ਸਿਆਸੀ ਪਾਰਟੀਆਂ ਤੋਂ ਹੱਥਾਂ 'ਚੋਂ ਬਾਹਰ ਕੱਢੀਏ ਹਰਵਿੰਦਰ ਸਿੰਘ ਫੂਲਕਾ ਜਦੋਂ LOP ਸੀਗੇ ਉਸ ਤੋਂ ਬਾਅਦ ਜਦੋਂ ਉਹ ਅਸਤੀਫਾ ਦੇ ਜਾਂਦੇ ਆ ਵਿਧਾਨਕਾਰ ਵਜੋਂ ਵੀ ਅਤੇ ਉਸ ਤੋਂ ਬਾਅਦ ਇੱਕ ਅਨਾਊਂਸਮੈਂਟ ਆਉਂਦੀ ਆ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਚੱਜਾ ਕਰਨ ਲਈ ਮੈਂ ਆਪਣੀ ਜ਼ਿੰਦਗੀ ਲਾਵਾਂਗਾ ਹੁਣ ਕਾਫੀ ਅਰਸੇ ਬਾਅਦ ਤੁਸੀਂ ਕਿਉਂਕਿ ਕੇਸ ਤਾਂ ਪਹਿਲਾਂ ਦਾ ਹੀ ਚੱਲ ਰਿਹਾ ਸੀ ਤੁਹਾਡੀ ਉਹਦੇ 'ਚ ਅਪੀਅਰੈਂਸ ਤੁਹਾਡਾ ਉੱਥੇ ਪੇਸ਼ ਹੋਣਾ ਬੜੇ ਵੱਡੇ ਅਰਥ ਰੱਖਦਾ ਹੈ ਕਿਉਂਕਿ ਤੁਸੀਂ ਦਿੱਲੀ ਦੇ ਕਾਨੂੰਨੀ ਹਲਕਿਆਂ 'ਚ ਨਾਂ ਰੱਖਦੇ ਹੋ ਸੋ ਤੁਹਾਡੀ ਗੱਲ ਦੀ ਸੁਣਵਾਈ ਹੁੰਦੀ ਹੈ ਕਿਉਂਕਿ ਤੁਸੀਂ ਨੁਕਤਾ ਬੜਾ ਪੁਆਇੰਟ ਬੜਾ ਵਾਜਬ ਉਠਾਉਂਦੇ ਹੋ ਕੀ ਹੁਣ 14 ਜਿਹੜੀ ਹੀਅਰਿੰਗ ਨੈਕਸਟ ਸੁਣਵਾਈ ਆ ਦਸੰਬਰ ਉਸ ਦਿਨ ਤੁਸੀਂ ਬਾਲਟੀ ਚੋਣ ਨਿਸ਼ਾਨ ਜਿਹੜਾ ਉਹ ਰੱਦ ਕਰਨ ਦੀ ਲੜਾਈ ਲੜੋਗੇ ਅਕਾਲੀ ਦਲ ਨੂੰ ਇਸ ਇਲੈਕਸ਼ਨ ਵਿੱਚ ਬਤੌਰ ਰਾਜਨੀਤਿਕ ਪਾਰਟੀ ਲੜਨ ਤੋਂ ਰੋਕਣ ਦਾ ਪੂਰਾ ਯਤਨ ਕਰੋਗੇ ਫਿਰ ਇਹ ਇੰਡੀਵਿਜੁਅਲ ਲੜਨਗੇ ਜਾਂ ਸੁਸਾਇਟੀ ਐਕਟ ਥੱਲੇ ਰਜਿਸਟਰਡ ਹੋਣਗੇ ਜਾਂ ਇਹ ਆਪਣੇ ਆਪ ਨੂੰ ਧਾਰਮਿਕ ਤੌਰ 'ਤੇ ਰਜਿਸਟਰਡ ਕਰਾਉਣਗੇ ਕਿਉਂਕਿ ਇੱਕ ਕੇਸ ਪਹਿਲਾਂ ਵੀ ਹੁਸ਼ਿਆਰਪੁਰ ਦੀਆਂ ਅਦਾਲਤਾਂ 'ਚ ਦੋਹਰੇ ਵਿਧਾਨ ਦਾ ਚੱਲ ਰਿਹਾ ਸੋ ਅਕਾਲੀ ਦਲ ਲਈ ਇਹ ਮੁਸ਼ਕਲ ਸਾਬਤ ਹੋ ਸਕਦਾ ਦੇਖੋ ਇਹ ਅਕਾਲੀ ਦਲ ਦੇ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਤਾਂ ਇਹਨਾਂ ਨੂੰ ਮਤਲਬ ਕਿ ਮੈਨੂੰ ਪੂਰੀ ਉਮੀਦ ਆ ਕਿ ਅਸੀਂ ਇਹਨਾਂ ਨੂੰ ਕੱਢਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਜੀ ਇਹਦੇ ਵਿੱਚ ਜਿਹੜਾ ਤੁਸੀਂ ਹੁਸ਼ਿਆਰਪੁਰ ਵਾਲਾ ਕੇਸ ਰਿਹਾ ਨਾ ਉਹ ਹੁਸ਼ਿਆਰਪੁਰ ਵਾਲੇ ਨਾਲ ਲੱਗਦਾ ਹੀ ਉਹ ਸਾਹਿਬ ਰਜਵੰਤ ਸਿੰਘ ਖੇੜਾ ਹੋਰਾਂ ਨੇ ਇੱਕ ਹੋਰ ਕੇਸ ਜਿਹੜਾ ਦਿੱਲੀ 'ਚ ਫਾਈਲ ਕੀਤਾ ਪਿਆ ਜੀ ਉਹ 15 ਦਸੰਬਰ ਨੂੰ ਉਹ ਵੀ ਲੱਗਿਆ ਵਾ ਅੱਛਾ 15 ਦਸੰਬਰ ਨੂੰ ਉਹ ਲੱਗਿਆ ਵਾ ਉਸ ਦੇ ਵਿੱਚ ਇਹਨਾਂ ਨੇ ਅਕਾਲੀ ਦਲ ਨੇ ਕੀ ਕੀਤਾ ਅਕਾਲੀ ਦਲ ਨੇ ਆਪਣੇ 2 ਸੰਵਿਧਾਨ ਦਿੱਤੇ ਜੀ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦਿੱਤਾ ਜੀ ਕਿ ਅਸੀਂ ਇੱਕ ਸੈਕਟਰਲ ਪਾਰਟੀ ਆ ਤੇ ਇੱਕ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਕਿ ਅਸੀਂ ਧਾਰਮਿਕ ਪਾਰਟੀ ਆ ਇਹ ਗਲਤੀ ਬੜੀ ਵੱਡੀ ਹੈ ਮੈਂ ਕਿਹਾ ਇਹੀ ਤਾਂ ਫਰੌਡ ਦਾ ਕੇਸ ਹੁਸ਼ਿਆਰਪੁਰ ਚੱਲ ਰਿਹਾ ਨਾ ਸ਼ਰਿਆਮ ਚੀਟਿੰਗ ਆ ਸ਼ਰਿਆਮ ਆ ਪਰ ਤੁਸੀਂ ਦੇਖੋ ਵੀ ਇਹ ਹੁਣ ਜਿਹੜਾ ਇਹ 15 ਦਸੰਬਰ ਨੂੰ ਵੀ ਕੇਸ ਦੀ ਜੇਕਰ ਸੁਣਵਾਈ ਹੋ ਗਈ ਤਾਂ ਉਹਦੇ ਵਿੱਚ ਤਾਂ ਅਕਾਲੀ ਦਲ ਦੀ ਜਿਹੜੀ ਇਸੇ ਬੇਸ ਤੇ ਫਰੌਡ ਦੇ ਬੇਸ ਦੇ ਉੱਤੇ ਅਕਾਲੀ ਦਲ ਦੀ ਆਪਣੀ ਵੀ ਜੋ ਐਜ਼ ਏ ਪੋਲੀਟੀਕਲ ਪਾਰਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾਲ ਜੋ ਇਹ ਰੈਕਗਨਾਈਜ਼ ਪਾਰਟੀ ਆ ਉਹ ਵੀ ਕੈਂਸਲ ਹੋਣ ਦੇ ਪੂਰੇ ਅਸਾਰ ਨੇ ਉਹ ਵੀ ਹੋਣੀ ਚਾਹੀਦੀ ਆ ਕਿਉਂਕਿ ਤੁਸੀਂ 2 ਇੱਕ ਕੌਨਸਟੀਟਿਊਸ਼ਨ ਨੇ ਦਿੱਤਾ ਕਿ ਜੀ ਇਹ ਸਿਰਫ ਸਿੱਖ ਮੈਂਬਰ ਬਣ ਸਕਦੇ ਆ ਜੀ ਦੂਜਾ ਕੌਨਸਟੀਟਿਊਸ਼ਨ ਦਿੱਤਾ ਸੈਕਟਰਲ ਕੌਨਸਟੀਟਿਊਸ਼ਨ ਕੋਈ ਵੀ ਬਣ ਸਕਦਾ ਦੋਨੇ ਜਗ੍ਹਾ ਤੇ ਸੇਮ ਪਾਰਟੀ ਸੇਮ ਪ੍ਰਧਾਨ ਸਾਹਮਣੇ 2 ਲਹਿਦਾਂ ਦਾ ਦਸਤਖਤ ਰੱਖ ਲੈਂਦੇ ਸੀ ਇਹ ਤਾਂ ਸ਼ਰਮ ਫਰੌਡ ਆ ਇਹ ਲੋਕਾਂ ਨਾਲ ਬਲਕਿ ਸਰਕਾਰ ਨਾਲ ਨਹੀਂ ਇਲੈਕਸ਼ਨ ਕਮਿਸ਼ਨ ਲੋਕਾਂ ਦਾ ਰਿਪ੍ਰੈਜੈਂਟੇਟਿਵ ਆ ਇਹ ਲੋਕਾਂ ਨਾਲ ਪਬਲਿਕ ਨਾਲ ਖਾਸ ਕਰਕੇ ਸਿੱਖ ਕੌਮ ਨਾਲ ਸ਼ਰਮ ਫਰੌਡ ਆ ਦੇਖੋ ਇਹਨਾਂ ਨੇ ਜਦੋਂ ਕੀ ਕੀਤਾ ਹੁਣ ਇਹ ਮਤਲਬ ਕਿ ਜਦੋਂ ਇਹਨਾਂ ਜਦੋਂ ਸੁਖਬੀਰ ਬਾਦਲ ਆਏ ਜ਼ਿਆਦਾਤਰ ਪਾਵਰ ਵਿੱਚ ਤਾਂ ਸੁਖਬੀਰ ਬਾਦਲ ਇਸ ਨੂੰ ਸਿੱਖ ਪਾਰਟੀ ਤੋਂ ਪੰਜਾਬੀ ਪਾਰਟੀ ਵਾਲੇ ਪਾਸੇ ਨੂੰ ਪੰਜਾਬੀ 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 ਇਹਨਾਂ ਨੇ ਸ਼ੁਰੂ ਕਰ ਦਿੱਤਾ ਪੰਜਾਬੀ ਵਾਲੇ ਪਾਸੇ ਨੂੰ ਲੈ ਗਿਆ ਸੌਖਾ ਠੀਕ ਹੈ ਤੁਸੀਂ ਲੈ ਜਾਓ ਜੋ ਉਧਰੋਂ ਦਿਓ ਦੀ ਪੋਲੀਟੀਕਲ ਪਾਰਟੀ ਨੂੰ ਕਰਨਾ ਕਰੋ ਪਰ ਜੇ ਤੁਸੀਂ ਪੰਜਾਬੀ ਪਾਰਟੀ ਹੋ ਤੁਹਾਡੇ ਜਿਹੜੇ ਵੱਡੇ ਵੱਡੇ ਆਫਿਸ ਬੀਰਰ ਨੇ ਤੁਹਾਡੇ ਜਨਰਲ ਸੈਕਟਰੀ ਤੁਹਾਡੇ ਵਾਈਸ ਪ੍ਰੈਜੀਡੈਂਟ ਉਹ ਜਿਹੜੇ ਮਤਲਬ ਕਿ ਨੌਨ ਸਿੱਖ ਵੀ ਕੋਈ ਚਾਹੀਦੇ ਵੀ ਤਾਂ ਹੈਗੇ ਆ ਇੱਥੇ ਨੌਨ ਸਿੱਖ ਜੀ ਉਹ ਚਾਹੀਦਾ ਤੁਹਾਨੂੰ ਕੋਈ ਨਹੀਂ ਦਿੱਸਦਾ ਉਹ ਸ਼ਰਾਬ ਦੇ ਠੇਕੇਦਾਰ ਲੈ ਲਓ ਉਹ ਤੁਸੀਂ ਔਜਾਰ ਆਲਮ ਵਰਗੇ ਲੈ ਲਓ ਉਹਦੇ ਘਰਵਾਲੀ ਨੂੰ ਤੁਸੀਂ ਜਨਰਲ ਸੈਕਟਰੀ ਬਣਾ ਲਓ ਕਿ ਤੁਹਾਨੂੰ ਤਾਂ ਜੋ ਮਤਲਬ ਕਿ ਜੋ ਸਿੱਖ ਕੌਮ ਦੇ ਪੂਰੇ ਦੁਸ਼ਮਣ ਜਾਂ ਜੋ ਇਹੋ ਜਿਹੇ ਕੰਮਾਂ ਵਾਲੇ ਬੰਦੇ ਤੁਹਾਨੂੰ ਤਾਂ ਦਿਸੇ ਹੀ ਉਹ ਆ ਉਹ ਅਕਾਲੀ ਦਲ ਜਿਹੜਾ ਕਿ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਆ ਉਹਦੇ ਵਿੱਚ ਤੁਸੀਂ ਲੈ ਲਿਆ ਕੇ ਸ਼ਰਾਬ ਦੇ ਠੇਕੇਦਾਰਾਂ ਨੂੰ ਕਬਜ਼ਾ ਬਣਾਈ ਜਾਂਦੇ ਹੋ ਬਲਕਿ ਇਹਦੇ ਨਾਲ ਇਹਨਾਂ ਨੇ ਸਾਡਾ ਰਿਲੀਜਨ ਨੂੰ ਪਲਿਊਟ ਕੀਤਾ ਪੋਲੀਟਿਕਸ ਦਾ ਪਲਿਊਟ ਕੀਤੀ ਉਹ ਕੀਤੀ ਆ ਚਲੋ ਠੀਕ ਆ ਪਰ ਸਾਡੇ ਰਿਲੀਜਨ ਨੂੰ ਪਲਿਊਟ ਕੀਤਾ ਇਹ ਜੋ
IGPC ਨੂੰ ਸਿਰਫ ਤੇ ਸਿਰਫ ਆਪਣੀ ਸਿਆਸਤ ਲੈਣ ਲਈ, ਪੰਜਾਬ ਤੇ ਸਰਕਾਰ ਬਣਾਉਣ ਲਈ, ਇਲੈਕਸ਼ਨ ਜਿੱਤਣ ਲਈ ਵਰਤਦੇ ਆ। ਚਲੋ ਕਿ ਰੰਧਾਵਾ ਸਾਹਿਬ, ਮੇਰਾ ਇਹ ਪੂਰਾ ਕਿ ਵਿਸ਼ਵਾਸ ਆ ਕਿ ਪੰਜਾਬ ਦਾ ਜੋ ਬੁਰਾ ਹਾਲ ਆ, ਜੇ ਪੰਜਾਬ 'ਚ ਟਰਨ ਅਰਾਊਂਡ ਹੋਏਗੀ ਨਾ, ਤੇ IGPC ਦੇ ਰਾਹੀਂ ਹੋਏਗੀ ਜੀ। ਜਦੋਂ IGPC ਆਜ਼ਾਦ ਹੋ ਕੇ, IGPC ਚੰਗੇ ਹੱਥਾਂ ਦੇ ਹੱਥ 'ਚ ਆ ਗਈ, ਸਿੱਖ ਕੌਮ ਨੂੰ ਜੋ ਵਿਸ਼ਵਾਸ ਹੋਇਆ ਕਿ ਇਹ ਜਿਹੜਾ ਸਾਡਾ ਦੇਖੋ ਦਸਵੰਧ, ਜੋ 9 ਮਾਸ ਦੀ ਕਮਾਈ ਆ ਜੀ ਸਿੱਖਾਂ ਦੀ, ਬਿਲਕੁਲ ਇਹਨਾਂ ਵਾਂਗੂ ਸ਼ਰਾਬਾਂ ਵੇਚ ਵੇਚ ਕੇ ਜਾਂ ਰੇਤਾ ਵੇਚ ਵੇਚ ਕੇ ਨਹੀਂ ਲੁੱਟਿਆ ਵਾ, ਹਰ ਆਪਣੀ 9 ਮਾਸ ਦੀ ਕਮਾਈ ਆਪ ਨੂੰ ਸਿੱਖ ਆ ਕੇ ਗੁਰਦੁਆਰਾ ਸਾਹਿਬ ਦਿੰਦੇ ਆ। ਉਹ ਦਿੰਦੇ ਇਸ ਵਾਸਤੇ ਆ ਜੀ ਕਿ ਇਹ ਜੋ ਅਸਲੀ ਜੋ ਗੁਰਦੁਆਰਾ ਦੀ ਪਰਿਭਾਸ਼ਾ, ਜੋ ਪੁਰਾਣੀ ਤੁਸੀਂ ਦੇਖ ਲਓ, ਮਹਾਨ ਕੋਸ਼ ਦੇਖ ਲਓ, ਉੱਥੇ ਐਜੂਕੇਸ਼ਨ, ਹੈਲਥ ਤੇ ਨਾਲ ਗਰੀਬ ਸਿੱਖ ਅਸਲੀ। ਜੇਕਰ ਮੈਂ ਤੁਹਾਨੂੰ ਜੇਕਰ ਇਹ IGPC ਸਹੀ ਹੱਥਾਂ 'ਚ ਆ ਕੇ ਸਿੱਖਾਂ ਨੂੰ ਵਿਸ਼ਵਾਸ ਹੋ ਜਾਵੇ ਤੇ ਐਜੂਕੇਸ਼ਨ, ਹੈਲਥ ਤੇ ਗਰੀਬ ਸਿੱਖਾਂ ਦਾ ਮੁੱਦਾ ਲੈ ਕੇ IGPC ਚੱਲ ਪਏ, ਤਾਂ ਸਿੱਖ ਆਪਣਾ ਸਾਰਾ ਦਸਵੰਧ ਇੱਥੇ ਦੇਣ ਲੱਗ ਜਾਣ, ਤਾਂ ਪੰਜਾਬ ਦੇ ਵਿੱਚ ਅਸੀਂ ਐਜੂਕੇਸ਼ਨ ਤੇ ਹੈਲਥ ਨੂੰ ਟਰਨ ਅਰਾਊਂਡ ਕਰ ਸਕਦੇ। ਪੰਜਾਬ ਸਰਕਾਰ ਦਾ ਤਾਂ ਹਾਲ ਹੀ ਬੁਰਾ ਜੀ। ਮੈਨੂੰ ਮੈਨੂੰ ਫੂਲਕਾ ਸਾਹਿਬ ਇੰਝ ਲੱਗਦਾ ਹੈ ਕਿ ਪੰਜਾਬ ਦੀ ਲੜਾਈ ਦਿੱਲੀ ਤੋਂ ਸ਼ੁਰੂ ਹੋਣੀ ਹੈ, ਕਿਉਂਕਿ ਸਭ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨ ਆਉਣੀ, ਔਰ ਉਹ ਫੈਸਲਾ ਕੁੰਨ ਲੜਾਈ ਹੋਊਗੀ। ਜਿਸ ਤਰੀਕੇ ਨਾਲ ਤੁਸੀਂ ਕਾਨੂੰਨੀ ਲੜਾਈ ਵਿੱਢੀ ਆ ਔਰ ਜਿਸ ਤਰੀਕੇ ਨਾਲ ਤੁਸੀਂ ਆਪਣੇ ਇਰਾਦੇ ਜ਼ਾਹਰ ਕਰ ਰਹੇ ਹੋ, ਇਹਦਾ ਮਤਲਬ ਹੈ ਕਿ ਦਿੱਲੀ ਦੇ ਵਿੱਚ ਤੁਸੀਂ ਬਾਦਲਕਿਆਂ ਲਈ ਇੱਕ ਵੱਡਾ ਇਹ ਜੰਗ ਸਾਬਤ ਕਰ ਦਿਓਗੇ। ਔਰ ਮੇਰਾ ਖਿਆਲ ਆ ਕਿ ਇਹ ਜੇਕਰ ਕਾਨੂੰਨੀ ਲੜਾਈ ਵੀ ਤੁਸੀਂ ਕਾਮਯਾਬ ਹੋ ਜਾਂਦੇ ਹੋ, ਇਹਦੇ ਵੈਸੇ ਕਿੰਨੇ ਕੁ ਆਸਾਰ ਨੇ ਤੁਹਾਨੂੰ ਕੀ ਲੱਗਦਾ, ਕਿਉਂਕਿ ਅਦਾਲਤੀ ਮਸਲੇ ਸਾਨੂੰ ਤਾਂ ਪਤਾ ਨਹੀਂ, ਇਹ ਕਿੰਨੇ ਕੁ ਆਸਾਰ ਆ ਕਿ ਤੁਸੀਂ ਇਹਨਾਂ ਨੂੰ ਇਹਨਾਂ ਦੇ ਚੋਣ ਨਿਸ਼ਾਨ, ਇਹਨਾਂ ਦੀ ਪਾਰਟੀ ਕੈਂਡੀਡੇਟਸ ਤੋਂ ਅਲੈਦਾ ਕਰ ਦਿਓਗੇ ਔਰ ਇਹਨਾਂ ਨੂੰ ਵੱਖਰੇ ਤਰੀਕੇ ਨਾਲ ਇਲੈਕਸ਼ਨ ਲੜਨੀ ਪਏਗੀ? ਮੈਂ ਦੇਖੋ ਤੁਹਾਨੂੰ ਸਿੰਪਲ ਜੀ ਗੱਲ ਦੱਸਾਂ ਜੀ, ਮੈਂ ਕੋਈ ਕਾਨੂੰਨੀ ਨੁਕਤਾ ਨਹੀਂ, ਮੈਂ ਇੱਕ ਆਮ ਬੰਦੇ ਨੂੰ ਤੁਹਾਨੂੰ ਦੱਸਾਂ। 2010 ਦੇ ਰੂਲ ਕਹਿ ਰਹੇ ਆ ਕਿ ਇੱਕ ਧਾਰਮਿਕ ਪਾਰਟੀ ਹੋਣੀ ਚਾਹੀਦੀ ਆ, ਬਿਲਕੁਲ। ਇਹ ਕਹਿੰਦੇ ਜੀ 2010 ਦੇ ਰੂਲ ਤਾਂ ਸਾਨੂੰ ਅਪਲਾਈ ਨਹੀਂ ਕਰਦੇ, ਸਾਨੂੰ ਤਾਂ ਪੁਰਾਣਾ ਰੂਲ ਅਪਲਾਈ ਕਰਦਾ ਜੀ। ਪੁਰਾਣੇ ਰੂਲ 'ਚ 1999 ਦੇ ਵਿੱਚ ਸਾਨੂੰ ਲੋਟ ਸਿੰਪਲ ਲੋਟ ਹੋਇਆ, 2006 'ਚ ਹੋਇਆ, ਕੰਟੀਨਿਊ ਹੋਣਾ ਚਾਹੀਦਾ। ਜੋ ਡਿਵੀਜ਼ਨ ਬੈਂਚ ਨੇ ਕਹਿ ਦਿੱਤਾ ਕਿ ਜੇ ਪੁਰਾਣੇ ਰੂਲ ਤਾਂ ਕੋਈ ਪਾਰਟੀ ਰੈਕਗਨਾਈਜ਼ ਹੋ ਹੀ ਨਹੀਂ ਸੀ ਸਕਦੀ ਜੀ, ਕਿਸੇ ਪਾਰਟੀ ਨੂੰ ਸਿੰਪਲ ਨਹੀਂ ਸੀ ਹੋ ਸਕਦਾ, ਤਾਂ ਉਹ ਤਾਂ ਦੋਨੇ ਤਰ੍ਹਾਂ ਹੀ ਗਲਤ ਆ, ਤਾਂ ਕੇਸ ਬੜਾ ਸਟਰੋਂਗ ਆ। ਅੱਛਾ, ਦੂਜੀ ਵਾਰ ਨਵਾਂ ਸਾਹਿਬ ਤੁਹਾਨੂੰ ਇੱਕ ਗੱਲ ਦੱਸਦਾ ਜੀ, ਮੈਂ ਜੋ ਲੜ ਰਿਹਾ ਇਹ ਕਿਸੇ ਇੰਡੀਵਿਜੁਅਲ ਵਾਸਤੇ ਨਹੀਂ ਲੜ ਰਿਹਾ, ਕਿਸੇ ਵਿਅਕਤੀ ਨੂੰ, ਇਹ ਵਿਅਕਤੀ ਨੂੰ ਕੱਢ ਲਓ, ਦੂਜੇ ਨੂੰ ਲਿਆਓ, ਇਹ ਸਿਧਾਂਤਕ ਲੜਾਈ ਆ ਕਿ ਸਾਡੇ ਗੁਰਦੁਆਰੇ ਧਾਰਮਿਕ ਲੋਕਾਂ ਦੇ ਹੱਥਾਂ 'ਚ ਹੋਣਗੇ ਜਾਂ ਸਾਡੇ ਗੁਰਦੁਆਰੇ ਸਿਆਸੀ ਲੋਕਾਂ ਦੇ ਹੱਥਾਂ 'ਚ ਹੋਣਗੇ, ਜਿਹਨਾਂ ਨੇ ਇਹਨਾਂ ਨੂੰ ਪੌੜੀ ਬਣਾ ਕੇ ਆਪਣਾ ਸਿਆਸਤ ਜਾਂ ਆਪਣਾ ਬਿਜ਼ਨਸ ਜਾਂ ਉਹਨੂੰ ਅੱਗੇ ਕਰ। ਇਹ ਇੱਕ ਲੜਾਈ, ਇਹ ਸਭ ਤੋਂ ਵੱਡਾ ਜੋ ਮਿਸਯੂਜ ਇਹਨਾਂ ਲੋਕਾਂ ਨੇ ਮੀਰੀ ਤੇ ਪੀਰੀ ਦੇ ਸਿਧਾਂਤ ਦਾ ਕੀਤਾ, ਇਹ ਉਹ ਸਿਧਾਂਤ ਨੂੰ ਵਾਪਸ ਲਿਆ ਕੇ ਧਾਰਮਿਕ ਲੋਕਾਂ ਦੀ ਸੁਪਰੀਓਰਿਟੀ ਨੂੰ ਇਹਦੇ ਤੇ ਅਸਲੀ ਉਹਨੂੰ ਬਹਾਲ ਕਰਨਾ, ਇਹ ਲੜਾਈ ਉਹ ਆ। ਇੱਕ ਬੰਦੇ ਨੂੰ ਇਕੱਲੇ ਬਾਦਲ ਨੂੰ ਕੱਢ ਕੇ ਕਿਸੇ ਹੋਰ ਨੂੰ ਲਿਆ ਕੇ ਬਿਠਾ ਦਿਓ, ਲੜਾਈ ਨਹੀਂ ਹੈ। ਅੱਜ ਉਹ ਬਾਦਲ ਦੇ ਲਿਫਾਫੇ ਚੋਂ ਜਥੇਦਾਰ ਨਿਕਲਦਾ, ਕੱਲ ਨੂੰ ਕਿਸੇ ਹੋਰ ਦੇ ਲਿਫਾਫੇ ਤੋਂ ਜਥੇਦਾਰ ਜਾਂ ਪ੍ਰਧਾਨ ਨਿਕਲ ਲੱਗ ਜੇ। ਫਿਰ ਕੀ ਫੂਲਕਾ ਸਾਹਿਬ, ਤੁਸੀਂ 46 ਲੋਕ ਦਿੱਲੀ 'ਚ ਉਹ ਬਿਹਤਰ ਇੰਡੀਵਿਜੁਅਲਸ ਲੱਭੋਗੇ ਜਿਹੜੇ ਵਿਅਕਤੀਗਤ ਤੌਰ ਤੇ ਤਗੜੇ ਹੋਣ ਔਰ ਧਾਰਮਿਕ ਖੇਤਰ ਦੇ ਅਹਿਮ ਲੋਕ ਹੋਣ? ਤੁਸੀਂ ਕਿਸੇ ਧਿਰ ਦੇ ਉੱਤੇ ਵਿਸ਼ਵਾਸ ਕਰਨ ਦੀ ਬਜਾਏ ਇੱਕ ਇੱਕ ਵਿਅਕਤੀ ਨੂੰ ਅੱਗੇ ਲਿਆਉਣਾ ਚਾਹੋਗੇ ਔਰ ਇਹਦੇ ਲਈ ਇਹ ਔਖੀ ਘਾਟੀ ਸਰ ਕਰ ਲੋਗੇ? ਦੇਖੋ, ਇਹਦੇ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਇਹਦੇ ਜਿਹੜਾ ਵੱਡਾ ਜੇ ਵੱਡਾ ਸੁਧਾਰ ਆ ਉਹ IGPC 'ਚ ਹੋ ਸਕਦਾ ਜੀ। ਦਿੱਲੀ ਕਿਉਂਕਿ ਮੌਜੂਦਾ ਹਾਲਤ ਦੇ ਵਿੱਚ ਅਸੀਂ ਛੋਟਾ ਜਿਹਾ ਸੁਧਾਰ ਕਰ ਸਕਦੇ ਹਾਂ, ਵੱਡਾ ਸੁਧਾਰ ਨਹੀਂ ਕਰ ਸਕਦੇ। ਇਹ ਬੜੀ ਲੰਬੀ ਬਹਿਸ ਆ, ਮੈਂ ਤੁਹਾਨੂੰ ਬਾਅਦ ਦੱਸੂੰਗਾ, ਕਿਉਂਕਿ ਮੈਨੂੰ ਕਾਨੂੰਨੀ ਤੌਰ 'ਤੇ ਵੀ ਪਤਾ ਤੇ ਮੈਨੂੰ ਮੇਰਾ ਬੜਾ ਲੰਬਾ ਵਾਹ ਰਿਹਾ, ਮੈਨੂੰ ਇਹ ਮੈਂਬਰ ਦੇ ਵੀ ਤੌਰ 'ਤੇ ਪਤਾ ਜੀ। ਮੈਨੂੰ ਜੋ ਜੋ ਇੱਥੇ ਹੁੰਦਾ ਰਿਹਾ ਰੰਧਾਵਾ ਸਾਹਿਬ, ਜੇ ਮੈਂ ਤੁਹਾਨੂੰ ਆਪਣੀਆਂ ਗੱਲਾਂ ਸੁਣਾਵਾਂ, ਜੋ ਜੋ ਇੱਥੇ ਹੁੰਦਾ ਰਿਹਾ ਇੱਥੇ, ਮੈਂ ਕਿਹਾ ਤੁਸੀਂ ਤਾਂ ਚਲੋ ਤੁਹਾਨੂੰ ਤਾਂ ਪਤਾ ਹੋਊਗਾ, ਪਰ ਜਿਹੜੇ ਇਹ ਤੁਹਾਡੇ ਜਿੰਨੇ ਵੀ ਦਰਸ਼ਕ ਆ ਉਹਨਾਂ ਵਾਸਤੇ ਸ਼ੌਕਿੰਗ ਗੱਲ ਰਹੂਗੀ। ਅੱਛਾ, ਜਦੋਂ ਅਸੀਂ ਜਗਦੀਸ਼ ਟਾਈਟਲਰ ਦਾ ਕੇਸ ਦੁਆਰਾ ਖਲਵਾਇਆ, ਜਦੋਂ ਕੇਸ ਦੁਆਰਾ ਖਲਵਾਇਆ ਤਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਜਾ ਕੇ ਜਗਦੀਸ਼ ਟਾਈਟਲਰ ਨੂੰ ਸਰੋਪਾ ਦਿੱਤਾ, ਮਤਲਬ ਕਿ ਇਹ ਕੁਛ ਇੱਥੇ ਹੁੰਦਾ ਰਿਹਾ। ਇੱਥੇ ਹੁੰਦੇ ਸੀ ਟਾਈਟਲ ਦੇ ਕਬਜ਼ੇ 'ਚ, 2 ਕਿ 3 ਮੈਂਬਰ ਹੁੰਦੇ ਸੀ ਸੱਜਣ ਕੁਮਾਰ ਦੇ ਕਬਜ਼ੇ 'ਚ। ਮੈਂ ਤੁਹਾਨੂੰ ਕੀ ਦੱਸਾਂ ਕਿ ਪ੍ਰਧਾਨ ਕਿਵੇਂ ਬਣਦੇ ਹੁੰਦੇ ਸੀ,
ਕੀ ਗੱਲਾਂ ਇੱਥੇ ਕਹੀਆਂ। ਬਲਕਿ ਜਦੋਂ ਇਹ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਲੋਕਾਂ ਕੋਲੇ ਜਾ ਰਿਹਾ ਕਿ ਅਸੀਂ ਫੂਲਕੇ ਨੂੰ ਟਾਈਟਲ ਭਾਈ ਸਾਹਿਬ ਨੂੰ ਬਦਨਾਮ ਨਹੀਂ ਕਰਨ ਦਿਆਂਗੇ, ਟਾਈਟਲ ਭਾਈ ਸਾਹਿਬ ਤੇ ਫੂਲਕਾ ਦੁਸ਼ਮਣ, ਬਲਕਿ ਇਹ ਕੁਛ ਮੈਂ ਇੱਥੇ ਦੇਖਿਆ, ਇਹ ਕੁਛ ਮੈਂ ਅੱਜ ਦੀਆਂ ਗੱਲਾਂ ਨਹੀਂ ਕਰਦਾ। ਇਹ ਦੋ ਹਜ਼ਾਰ 6-7-8 ਦੀਆਂ ਗੱਲਾਂ ਨੇ। ਤੁਸੀਂ ਮੇਰੇ ਕੋਲ ਵੀਡੀਓ ਵੀ ਦੇਖੀ ਹੋਣੀ ਆ ਜਿਹਦੇ ਚੋਂ ਟਾਈਟਲ ਨੇ ਮੈਨੂੰ ਸ਼ਰਿਆਮ ਟੀਵੀ ਤੇ ਮਾਰਨ ਦੀ ਧਮਕੀ, ਐਨਡੀ ਟੀਵੀ ਦੇ ਪ੍ਰੋਗਰਾਮ ਚੱਲ ਰਿਹਾ ਸੀ ਉਹ ਦਿੱਤੀ, ਉਹ ਵੀ ਇਹਨਾਂ ਦੀ ਸ਼ਹਿਦ ਤੇ, ਇਹਨਾਂ ਲੋਕਾਂ ਦੀ ਸ਼ਹਿਦ ਦੇ ਉੱਤੇ। ਤੇ ਇੱਥੇ ਬਹੁਤ ਕੁਛ ਮੈਂ ਤੁਹਾਨੂੰ ਦੱਸਾਂ, ਜੇ ਵੱਡਾ ਸੁਧਾਰ ਇਸ ਹਾਲਤ ਦੇ ਵਿੱਚ ਅਸੀਂ ਕਰ ਸਕਦੇ ਹਾਂ ਤਾਂ ਐਜੂਕੇਸ਼ਨ 'ਚ ਕਰ ਸਕਦੇ ਹਾਂ। ਦਿੱਲੀ 'ਚ ਇਹਦੀ ਸ਼ੁਰੂਆਤ ਹੋਊਗੀ, ਪਰ ਦਿੱਲੀ 'ਚ ਐਡਾ ਵੱਡਾ ਸੁਧਾਰ ਨਹੀਂ ਹੋਣਾ। ਦਿੱਲੀ 'ਚ ਸ਼ੁਰੂਆਤ ਹੋਏਗੀ, ਸੁਧਾਰ ਦੀ ਸ਼ੁਰੂਆਤ ਜ਼ਰੂਰ ਹੋਏਗੀ, ਪਰ ਇਹ ਬਾਦਲ ਗਿਆਨ ਦਾ ਜ਼ਰੂਰ ਦਬੋਚਣ ਦੀ ਲੋੜ ਆ, ਬਾਦਲ ਗਿਆਨ ਨੂੰ ਕੱਢਣ ਦੀ ਲੋੜ ਆ। ਤੁਸੀਂ ਅਸਲੀ ਜਿਹੜਾ ਸੁਧਾਰ ਆ ਉਹ ਮੈਂ ਦੇਖੋ, ਰੰਧਾਵਾ ਸਾਹਿਬ ਤੁਸੀਂ ਬਹੁਤ ਇਸ ਮੁੱਦੇ 'ਤੇ ਕਰਦੇ ਰਹੇ ਕਰ ਰਹੇ ਹੋ, ਉਹ ਲੋੜ ਆ ਸਾਨੂੰ ਪੰਜਾਬ ਵਿੱਚ। ਪੰਜਾਬ ਵਿੱਚ ਮੈਂ ਇਹਨੇ ਦੋਨਾਂ ਧਿਰਾਂ ਨੂੰ ਜੋ ਬਾਦਲਾਂ ਦੇ ਖਿਲਾਫ਼ ਨੇ, ਦੋਨਾਂ ਧਿਰਾਂ ਨੂੰ ਮੈਂ ਇਹ ਬੇਨਤੀ ਕਈ ਵਾਰੀ ਕੀਤੀ ਹੈ ਤੇ ਹੁਣ ਫੇਰ ਕਰੂੰਗਾ ਕਿ ਦੇਖੋ ਇਹਨਾਂ ਨੇ ਸਾਨੂੰ ਵੰਡਤਾ ਪੂਰਾ, ਬਹੁਤ ਮੁੱਦੇ, ਇੱਕ ਮੁੱਦਾ ਖਤਮ ਹੁੰਦਾ ਦੂਜਾ ਚੁੱਕ ਲੈਂਦਾ, ਦੂਜਾ ਖਤਮ ਹੁੰਦਾ ਤੀਜਾ ਚੁੱਕ ਲੈਂਦਾ, ਤੀਜਾ ਖਤਮ ਹੁੰਦਾ ਚੌਥਾ ਚੁੱਕ ਲੈਂਦਾ। ਸਿੱਖ ਕੌਮ ਨੂੰ ਵੰਡ ਕੇ ਰੱਖਦੇ ਆ, ਪੂਰਾ ਵੰਡ ਕੇ ਰੱਖਦੇ ਆ। ਬਲਕਿ ਇਹ ਜਿਹੜੇ ਵਿਵਾਹਤ ਮੁੱਦੇ ਆ ਸਾਡੇ, ਦਸਮ ਗ੍ਰੰਥ ਦਾ ਮੁੱਦਾ ਹੋਇਆ, ਜੇ ਦੂਜੇ ਵੀ ਜਿੰਨੇ ਵਿਵਾਹਤ ਮੁੱਦੇ ਆ ਇਹ ਸਾਡੇ ਮੇਰੇ ਖਿਆਲ 100 ਸਾਲ ਪੁਰਾਣੇ ਹੋਣੇ ਆ। ਵੀ 5 ਸਾਲ ਇਹਨਾਂ ਮੁੱਦਿਆਂ ਤੇ ਮੋਰੀਟੋਰੀਅਮ ਲਾਓ, ਰੰਧਾਵਾ ਸਾਹਿਬ ਇਹਨਾਂ ਮੁੱਦਿਆਂ ਦੀ 5 ਸਾਲ ਵਾਸਤੇ ਇਹਨਾਂ ਨੂੰ ਪਲੀਜ਼ ਵਾਹਿਗੁਰੂ ਦੇ ਵਾਸਤੇ ਇਹਨਾਂ ਨੂੰ ਪਾਸੇ ਰੱਖ ਲਓ। 5 ਸਾਲ ਕੌਮ ਦੀ ਚੜ੍ਹਦੀ ਕਲਾ, ਜੋ ਕੌਮ ਦਾ ਬੁਰਾ ਹਾਲ ਖਾਸ ਕਰਕੇ ਪੰਜਾਬ 'ਚ ਹੋ ਰਿਹਾ, ਦੁਨੀਆਂ 'ਚ ਨਹੀਂ, ਦੁਨੀਆਂ 'ਚ ਅੱਜ ਸਿੱਖ ਕੌਮ ਮੇਰਾ ਖਿਆਲ ਕਿਤੇ ਇੰਨੀ ਉੱਚੀ ਸੀ ਨਹੀਂ ਜਿੰਨੀ ਉੱਚੀ ਅੱਜ ਸਿੱਖ ਕੌਮ ਦੁਨੀਆਂ 'ਚ ਪਹੁੰਚੀ। ਜੀ, ਪੰਜਾਬ ਤੋਂ ਬਾਹਰ ਜਿੱਥੇ ਸਿੱਖ ਕੌਮ ਬੈਠੀ ਆ, ਸਿੱਖ ਕੌਮ ਚੜ੍ਹਦੀ ਕਲਾ, ਅੱਜ ਵੀ ਚੜ੍ਹਦੀ ਕਲਾ ਸੀ ਪੂਰਾ ਪੰਜਾਬ ਦੇ ਵਿੱਚ, ਥੱਲੇ ਤੋਂ ਥੱਲੇ, ਥੱਲੇ ਤੋਂ ਥੱਲੇ, ਥੱਲੇ ਤੋਂ ਨਹੀਂ ਜਾਂਦੇ ਆ। ਉਸਦਾ ਸਭ ਤੋਂ ਵੱਡਾ ਕਾਰਨ ਇਹ ਆ, ਇਹ ਜੋ ਇਹ ਸਿਆਸੀਆਂ ਲੋਕਾਂ ਦਾ ਕੰਟਰੋਲ, ਬਾਦਲ ਕਹਿੰਦਾ ਕੰਟਰੋਲ ਸਿਰਫ ਤੇ ਸਿਰਫ ਇਹਨੂੰ ਵਰਤਣਾ ਆਪਣੀਆਂ ਵੋਟਾਂ ਵਾਸਤੇ ਵਰਤਣਾ। ਮੈਨੂੰ ਪੰਜਾਬ ਇਸ ਕਰਕੇ ਬਹੁਤ ਜ਼ਰੂਰਤ ਆ, ਆਪਣੇ ਆਪਣੀਆਂ ਸਾਰੀਆਂ ਮੁੱਦੇ ਜੋ ਵਿਚਾਰ ਨੇ ਉਹਨਾਂ ਨੂੰ ਪਾਸੇ ਰੱਖ ਕੇ, ਗੁਰੂ ਦੇ ਵਾਸਤੇ ਇਹ ਸਾਰੇ ਜਿੰਨੇ ਐਂਟੀ ਬਾਦਲੇ ਸੋਚਦੇ ਆ ਉਹ ਆਪਣੇ ਆਪਣੇ ਵਿਚਾਰ ਪਾਸੇ ਰੱਖ ਕੇ ਕੌਮਨ ਮਿਨੀਮਮ ਪ੍ਰੋਗਰਾਮ ਲੈ ਕੇ ਚੱਲਣ, ਐਜੂਕੇਸ਼ਨ, ਹੈਲਥ ਤੇ ਗਰੀਬ ਸਿੱਖ ਆ ਉਹਨੂੰ ਲੈ ਕੇ ਚੱਲਿਆ ਜਾਵੇ, 5 ਸਾਲ ਅਗਲੇ ਇਹ ਕੰਮ ਕਰ ਲਓ। ਨਹੀਂ ਤਾਂ ਇਹਨਾਂ ਨੇ ਤੂੰ ਦੇਖਣਾ IGPC ਦੇ ਇਲੈਕਸ਼ਨ ਦੇ ਨੇੜੇ ਆ ਕੇ ਇਹਨਾਂ ਦਸਮ ਗ੍ਰੰਥ ਦਾ ਵੀ ਮੁੱਦਾ ਉਠਾਉਣਾ, ਇਹਨਾਂ ਨੇ ਕੈਲੰਡਰ ਦਾ ਵੀ ਉਠਾਉਣਾ, ਇਹਨਾਂ ਨੇ ਪ੍ਰਚਾਰਕਾਂ ਨੂੰ ਤੇ ਸੰਤ ਸਮਾਜ ਨੂੰ ਲੜਾਉਣਾ, ਇਹਨਾਂ ਨੇ ਬੜਾ ਕੁਛ ਕਰਨਾ। ਹੁਣ ਸਿਆਣਪ ਸਾਡੇ ਸਾਡੇ ਇਹਨਾਂ ਸਿਆਣੇ ਲੋਕਾਂ ਦੀ ਆ ਵੀ ਤੁਸੀਂ ਸਿਆਣਪ ਦਿਖਾਉਣੀ ਹੋ ਜਾਂ ਇਹਨਾਂ ਦੀਆਂ ਚਾਲਾਂ 'ਚ ਫਸਦੇ ਹੋ। ਆਖਰੀ ਸਵਾਲ ਕੀ ਫੁਲਕਾ ਸਾਹਿਬ ਉਹ ਇੱਛਾ ਸ਼ਕਤੀ ਨਾਲ ਪੰਜਾਬ ਦੇ ਵਿੱਚ ਨਿੱਠ ਕੇ ਕੰਮ ਕਰ ਸਕਣਗੇ, ਆਪਣੇ ਦਿੱਲੀ ਵਾਲੇ ਰੁਝੇਵੇਂ ਸਮੇਟ ਕੇ ਜਾਂ ਕੋਈ ਬਦਲਵੇਂ ਪ੍ਰਬੰਧ ਕਰਕੇ ਪੰਜਾਬ ਦੀ ਇਹ ਸਰਜ਼ਮੀ ਤੇ ਆਪਣਾ ਸਮਾਂ ਦੇ ਪਾਉਣਗੇ, ਆਪਣੀ ਇਹੀ ਐਨਰਜੀ ਬਰਕਰਾਰ ਰੱਖ ਸਕਣਗੇ? ਦੇਖੋ ਰੰਧਾਵਾ ਸਾਹਿਬ, ਮੈਂ ਉਦੋਂ ਇਹੀ ਗੱਲ ਕਹੀ ਸੀ ਜਦੋਂ ਮੈਂ ਛੱਡ ਕੇ ਆਇਆ ਕਿ ਸੱਜਣ ਕੁਮਾਰ ਦਾ ਕੇਸ ਮੇਰੀ ਜ਼ਿੰਦਗੀ ਦਾ ਮਿਸ਼ਨ ਹੈ, ਮੈਂ ਆਪਣੇ ਜੁੰਮੇ ਲਿਆ ਸੀ, ਵਾਹਿਗੁਰੂ ਨੇ ਮੇਰੇ ਜੁੰਮੇ ਲਾਇਆ ਸੀ, ਮੈਂ ਨਹੀਂ ਕਹਿੰਦਾ ਕੌਮ ਨੇ ਲਾਇਆ ਸੀ, ਮੇਰੇ ਵਾਸਤੇ ਆਪਣੀ ਜ਼ਿੰਦਗੀ ਵਿੱਚ ਉਹਨੂੰ ਸਫਲ ਅੱਗੇ ਪਹੁੰਚਾਉਣਾ ਉਹ ਬਹੁਤ ਵੱਡੀ ਚੀਜ਼ ਸੀ ਮੇਰੇ ਵਾਸਤੇ, ਸਭ ਤੋਂ ਜ਼ਰੂਰੀ ਉਹ ਸੀ। ਮੈਨੂੰ ਕੋਈ ਚੁਭਦਾ ਨਹੀਂ ਸੀ ਮੰਤਰੀ ਦਾ ਅਹੁਦਾ, ਅੱਜ ਜੇਕਰ ਮੈਂ ਨਾ ਉਹ ਛੱਡਿਆ ਹੁੰਦਾ ਸੱਜਣ ਕੁਮਾਰ ਦੇ ਕੇਸ ਨੂੰ ਭੁੱਲ ਗਿਆ ਹੁੰਦਾ, ਸੱਜਣ ਕੁਮਾਰ ਦਾ ਜੇਲ੍ਹ ਨਹੀਂ ਸੀ ਹੋਣਾ, ਉਹ ਕੇਸ ਉਹ ਬਾਹਰ ਹੋਣਾ ਸੀ ਤੇ ਮੈਂ ਅੱਜ CM ਦਾ ਕੈਂਡੀਡੇਟ ਹੋਣਾ ਸੀ, ਮੈਨੂੰ ਉਹ ਚੁਭਦਾ ਨਹੀਂ ਸੀ। ਪਰ ਮੇਰੀ ਜ਼ਮੀਰ, ਕਿਉਂਕਿ ਮੈਨੂੰ ਜੋ ਵਾਹਿਗੁਰੂ ਨੇ ਦਿੱਤਾ, ਇੱਕ ਪੰਜਾਬ ਦੇ ਛੋਟੇ ਜਿਹੇ ਪਿੰਡ ਤੇ, ਮੈਂ 10ਵੀਂ ਕੀਤੀ ਹੈ ਵਰਕਾ, ਸ਼ਾਇਦ ਤੁਹਾਨੂੰ ਪਤਾ ਕਿ ਨਹੀਂ, ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਮੈਂ ਸਰਕਾਰੀ ਸਕੂਲ ਚੋਂ 10ਵੀਂ ਕਰਕੇ ਆ ਕੇ ਅੱਜ ਸੁਪਰੀਮ ਕੋਰਟ 'ਚ ਇੰਨਾ ਰੁਤਬਾ ਦਿੱਤਾ ਵਾਹਿਗੁਰੂ ਨੇ ਕਿ ਤੁਹਾਨੂੰ ਹੁਣ ਤੁਸੀਂ ਖੁਦ ਹੀ ਜਾਣਦੇ ਹੋ ਇਸ ਗੱਲ ਦੇ ਉੱਤੇ। ਤੇ ਜੇਕਰ ਮੈਂ ਉਹ ਮੁੱਦਾ ਜਿਹੜਾ ਮੈਂ ਸੋਚਦਾ ਮੈਨੂੰ ਵਾਹਿਗੁਰੂ ਨੇ ਮੇਰੀ ਡਿਊਟੀ ਲਾਈ ਆ, ਕਿਸੇ ਨਾ ਕੌਮ ਨੇ ਲਾਈ ਆ ਨਾ ਕਿਸੇ ਇਨਸਾਨ ਨੇ ਲਾਈ ਆ, ਉਹਨੂੰ ਸਿਰੇ ਪਹੁੰਚਾਉਣਾ ਮੇਰੇ ਲਈ ਸਭ ਤੋਂ ਵੱਡੀ ਵੱਡੀ ਗੱਲ ਸੀ, ਇਸ ਕਰਕੇ ਮੈਂ ਉਹ ਛੱਡ ਕੇ ਆਇਆ। ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਕੋਈ ਕਿ ਮੇਰਾ ਸਾਥ ਬਦਲਿਆ, ਬਿਲਕੁਲ ਨਹੀਂ ਬਦਲਿਆ, ਬਿਲਕੁਲ ਮੈਂ ਉਹੀ ਹਾਂ ਜੋ ਹਮੇਸ਼ਾ ਸੀਗਾ ਉਹ ਹਾਂ, ਮੈਂ ਇੱਕ ਓਪਨ ਸਲੇਟ ਹਾਂ, ਮੈਂ ਇਹ ਗੱਲ ਸ਼ਰਿਆਮ ਕਹੀ ਆ, ਵਿਧਾਨ ਸਭਾ ਦੇ ਬਾਹਰ ਖੜੇ ਹੋ ਕੇ ਇਹ ਗੱਲ ਕਹੀ ਆ। 1984 ਦੇ ਕੇਸਾਂ ਵਾਸਤੇ ਸੈਂਟਰ ਗੌਰਮੈਂਟ ਦੀ ਮਦਦ ਦੀ ਲੋੜ ਆ, ਸੈਂਟਰ ਗੌਰਮੈਂਟ ਦੇ ਵਿੱਚ BJP ਦੀ ਸਰਕਾਰ ਆ, ਮੈਨੂੰ ਕੋਈ ਸੰਕੋਚ ਨਹੀਂ, ਮੈਂ BJP ਨੂੰ 1984 ਦੇ ਕੇਸਾਂ ਦੀ ਮਦਦ ਵਾਸਤੇ ਵਰਤੂੰਗਾ। ਨਾਲ ਦੀ ਨਾਲ IGPC ਵਾਸਤੇ ਸਾਨੂੰ ਪੰਜਾਬ ਸਰਕਾਰ ਦੀ ਲੋੜ ਆ,
ਮੈਨੂੰ ਬਿਲਕੁਲ ਕੋਈ ਸੰਕੋਚ ਨਹੀਂ ਪੰਜਾਬ ਸਰਕਾਰ ਨਾਲ ਡੀਲ ਕਰਨ ਲਈ। ਜਿਸ ਦਿਨ ਉਹ ਰੈਜੋਲੂਸ਼ਨ ਪਾਸ ਕਰਾਇਆ ਸੀ ਐਜੀਪੀ ਦੇ ਇਲੈਕਸ਼ਨ ਵਾਸਤੇ ਵਿਧਾਨ ਸਭਾ 'ਚ, ਬਾਹਰ ਆ ਕੇ ਅਕਾਲੀ ਦਲ ਨੇ ਇਹ ਕਿਹਾ ਕਿ ਜੀ ਉਹਨਾਂ ਤੋਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਕਰਕੇ ਕਰਾਇਆ। ਮੈਂ ਕਿਹਾ ਬਿਲਕੁਲ ਕੀਤੀਆਂ, ਮੈਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਵੀ ਕੀਤੀਆਂ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਕਿ ਮੁੱਦਾ ਪਾਸ ਇਹ ਮਤਾ ਪਾਸ ਕਰੋ, ਇਹ ਫਲੋਰ ਸਟ੍ਰੈਟਜੀ ਹੁੰਦੀ ਆ। ਮੈਨੂੰ ਬਿਲਕੁਲ ਕੋਈ ਸੰਕੋਚ ਨਹੀਂ ਐਸ ਜੀ ਪੀ ਸੀ ਦੇ ਵਿੱਚ ਸੁਧਾਰ ਕਰਨ ਦੇ ਵਾਸਤੇ ਪੰਜਾਬ ਦੀ ਕਾਂਗਰਸ ਗੌਰਮੈਂਟ ਦੀ ਸਪੋਰਟ ਲੈਣ ਦੀ, ਕਿਉਂਕਿ ਉਹ ਜੁੜੀ ਆ, ਤੇ 84 ਦੇ ਵਾਸਤੇ ਇਹ ਬੀਜੇਪੀ ਦੀ ਸਪੋਰਟ ਲੈਣ ਲਈ। ਪੋਲੀਟੀਕਲੀ ਨਾ ਮੈਂ ਕਦੇ ਬੀਜੇਪੀ ਦੀ ਸਪੋਰਟ ਕੀਤੀ ਆ, ਨਾ ਮੈਂ ਕਰੂੰਗਾ। ਪੋਲੀਟੀਕਲੀ ਨਾ ਮੈਂ ਕਾਂਗਰਸ ਦੀ ਪੰਜਾਬ 'ਚ ਸਪੋਰਟ ਕੀਤੀ ਆ, ਨਾ ਮੈਂ ਕਰੂੰਗਾ। ਮੈਨੂੰ ਮੇਰਾ ਆਪਣਾ ਮਿਸ਼ਨ ਆ, ਔਰ ਸਿੱਖਾਂ ਨੂੰ ਇਹ ਚੀਜ਼ ਸਿੱਖ ਲੈਣੀ ਚਾਹੀਦੀ ਹੈ, ਮੁੱਦਿਆਂ 'ਤੇ ਸਪੋਰਟ ਲਓ। ਕੋਈ ਵੀ ਮਿਨੋਰਟੀ ਸਰਵਾਈਵ ਨਹੀਂ ਕਰ ਸਕਦੀ, ਜਿੰਨੀ ਦੇਰੋ ਮੁੱਦੇ 'ਤੇ ਇਸ਼ੂ ਬੇਸਡ ਸਟ੍ਰੈਟਜੀ ਨਾ ਬਣਾਓ, ਮੁੱਦਿਆਂ 'ਤੇ ਸਪੋਰਟ ਤੁਹਾਨੂੰ ਲੈਣੀ ਚਾਹੀਦੀ ਆ। ਉਹ ਪਰਟੀਕੁਲਰ ਇਸ਼ੂ 'ਤੇ ਜਿਹੜਾ ਬੰਦਾ ਤੁਹਾਡੀ ਸਪੋਰਟ ਕਰਦਾ ਉਸਦੀ ਸਪੋਰਟ ਲਓ, ਅਤੇ ਇਹ ਹੁਣ ਤੁਹਾਡੀ ਆਪਣੀ ਸਮਾਰਟ ਦੱਸਾਂ ਕਿ ਤੁਸੀਂ ਵਰਤੇ ਜਾਂਦੇ ਜੋ ਵਰਤੇ ਜਾਂਦੇ ਉਹ। ਉਸ ਕਰਕੇ ਮੈਂ ਉਹੀਓ ਹੀ ਹਾਂ ਜੋ ਪਹਿਲਾਂ ਸੀ ਰੰਧਾਵਾ ਸਾਹਿਬ, ਮੈਂ ਉਹੀਓ ਹੀ ਹਾਂ ਜੋ ਮੈਂ 2014 ਪੋਲੀਟਿਕਸ ਜੁਆਇਨ ਕਰਨ ਤੋਂ ਪਹਿਲਾਂ ਸੀ, ਮੈਂ ਉਹੀਓ ਹੀ ਹਾਂ 2006 ਤੋਂ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਉੱਤੇ ਕੰਮ ਕਰ ਰਿਹਾ, ਮੈਂ ਉਹੀ ਹਾਂ ਜੋ 2011 ਐਜੀਪੀ ਦੇ ਇਲੈਕਸ਼ਨ ਦੇ ਵਿੱਚ ਇਹ ਦਸ਼ਾਂ ਦੇ ਖਿਲਾਫ਼ ਪੰਜਾਬ 'ਚ ਮਾਰਚ ਕੱਢ ਰਿਹਾ ਸੀ, ਮੈਂ ਉਹੀ ਹਾਂ ਜੋ ਉਦੋਂ ਪਹਿਲੇ ਇਲੈਕਸ਼ਨ 2012 ਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਲੈਕਸ਼ਨ ਲੜਨ ਦੀ ਬਜਾਏ ਫਟੇ ਫੜ ਕੇ 800 ਕਿਲੋਮੀਟਰ ਲੰਬਾ ਜਲੂਸ ਕੱਢਿਆ ਸੀ, ਉੱਥੇ ਮਾਰਚ ਕੱਢਿਆ ਸੀ 800 ਕਿਲੋਮੀਟਰ ਲੰਬਾ ਕਿ ਨਸ਼ੇ ਨਾ ਵੰਡੋ ਨਸ਼ਿਆਂ ਦੇ ਖਿਲਾਫ਼। ਇਹ ਫੂਲਕਾ ਉਹੀ ਫੂਲਕਾ, ਇਹ ਬਿਲਕੁਲ ਨਹੀਂ ਬਦਲਿਆ, ਅਤੇ ਜਿੰਨਾ ਆਪਣੇ ਵੱਲੋਂ ਜ਼ੋਰ ਵਾਹਿਗੁਰੂ ਜਿੰਨੀ ਤਾਕਤ ਦਊਗਾ ਪੂਰੀ ਦੀ ਪੂਰੀ ਲਾਵਾਂਗੇ। ਮੈਂ ਕਿਹਾ ਮੈਂ ਨਾ ਅਸੈਂਬਲੀ ਦੇ ਇਲੈਕਸ਼ਨ ਲੜਨੇ ਆ, ਨਾ ਮੈਂ ਐਸ ਜੀ ਪੀ ਸੀ ਦੇ, ਨਾ ਦਿੱਲੀ ਗੁਰਦੁਆਰਾ ਕਮੇਟੀ, ਪਰ ਆਪਣੇ ਵੱਲੋਂ ਇੱਕ ਸਿੱਖ ਹੋਣ ਦੇ ਨਾਤੇ ਪੂਰਾ ਵਾਹ ਲਾਵਾਂਗੇ ਕਿ ਸਾਡੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਈਏ। ਇਸ ਤੋਂ ਜ਼ਿਆਦਾ ਸਾਫ਼ ਕੋਈ ਕੀ ਹੋ ਸਕਦੀ ਆ। ਦਰਸ਼ਕੋ, ਬਹੁਤ ਸਪਸ਼ਟ ਹੈ ਕਿ ਫੂਲਕਾ ਸਾਹਿਬ ਨੇ ਮਨ ਪੱਕਾ ਕਰ ਲਿਆ ਕਮਿਊਨਿਟੀ ਦੀ ਸੇਵਾ ਲਈ, ਆਪਣੇ ਲੋਕਾਂ ਲਈ, ਬਿਹਤਰ ਗੁਰਦੁਆਰਾ ਪ੍ਰਬੰਧਾਂ ਲਈ, ਇੱਕ ਸ਼ਰਧਾਵਾਨ ਸਿੱਖ ਵਜੋਂ। ਹੁਣ ਫਰਜ਼ ਬਣਦਾ ਹੈ ਕਿ ਅਸੀਂ ਇਹੋ ਜਿਹੀ ਸਾਫ਼ ਸਾਫ਼ ਸੋਚ ਦਾ ਸਾਥ ਦਈਏ। ਫੂਲਕਾ ਸਾਹਿਬ ਬਹੁਤ ਧੰਨਵਾਦ। ਅੱਜ ਕੁਝ ਕਮੀ ਰਹਿ ਗਈ, ਲੇਕਿਨ ਅਗਲੀ ਵਾਰੀ, ਅੱਜ ਇੰਟਰਨੈਟ ਦੀ ਵੀ ਕੋਈ ਸਮੱਸਿਆ ਸੀ, ਮੈਂ ਚਾਹੂੰਗਾ ਤੁਹਾਡੀ ਜ਼ਿੰਦਗੀ ਦੇ ਛੁਪੇ ਪਹਿਲੂ ਲੋਕਾਂ ਸਾਹਮਣੇ ਲਿਆਂਦੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।